ਹਾਂਜੀ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ABC ਪੰਜਾਬੀ ਅੱਜ ਮੈਂ ਵੀਡੀਓ ਲੈ ਕੇ ਜਿਹਦੇ ਮੈਂ ਤੁਹਾਨੂੰ ਸ਼ੇਅਰ ਕਰਾਂਗਾ ਰੈੱਡ ਦੀ ਐਮਰਜੈਂਸੀ ਸਾ ਦੇ ਬਾਰੇ ਨਵੀਂ ਅਪਡੇਟ ਕਿਵੇਂ ਹੈ ਔਰ ਕਿੱਥੇ ਦਮੰਦਾ ਸੀ ਕਰਨਾ ਦੂਜੀ ਚੀਜ਼ ਮੈਂ ਤੁਹਾਡਾ ਦਿਖ ਰਿਹਾ ਤਾਂ ਸਸਟੇਨਿਓ ਸ਼ੇਅਰ ਕਰਾਂਗਾ ਅੱਗੇ ਵਧਣ ਤੋਂ ਪਹਿਲੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਲਾਈਕ ਕਰਿਓ ਵੀਡੀਓ ਵਟਾਓ ਸ਼ੇਅਰ ਕਰਿਓ ਕਿ ਬਾਕੀ ਨੇ ਵੀ ਹਲਪ ਹੋ ਸਕੇ ਤੇ ਜਿਵੇਂ ਪਤਾ ਕਿ ਦੇਖ ਰਹੇ ਹੋ ਤੋਂ ਸਸਟੇਨਿਓ 20 ਆ ਰਿਹਾ ਨਵਾਂ ਜਿਹਦੇ ਵਿੱਚ ਨਵੀਂ ਅਪਡੇਟ ਹੋਵੇਗੀ ਜਿਹਦੇ ਵਿੱਚ ਉਮੀਦ ਕੀਤੀ ਜਾਂਦੀ ਹੈ ਕਿ ਕੁਝ ਨਵਾਂ ਬੋਨਸ ਵਗੈਰਾ ਇੱਕ ਨਵੀਂ ਅ ਔਰ ਜੇ ਬੇਸਿਕਲੀ ਇਹ ਜਿਹੜੇ ਰੈਗੂਲਰ ਨੇ ਕੋਵਿਡ ਦੇ ਕਰਕੇ ਇਹਨਾਂ ਨੂੰ ਪ੍ਰੋਰੋਗਾ ਦਿੱਤਾ ਜਾਣਾ ਹੈ ਇਹਨਾਂ ਨੂੰ ਤوصੀ ਇਹ ਦਿੱਤੀ ਜਾਣੀ ਹੈ ਬਾਹਰ ਰੈਸਟੋਰੈਂਟ ਵਗੈਰਾ ক্লোਜ਼ਰ ਹੋਣਗੇ ਔਰ ਇਹ ਮੁੰਮਕਨ ਹੈ ਕੁਝ ਜਿਹੜੇ ਜ਼ੋਨ ਰੋਸੇ ਨੇ ਉਹਨਾਂ ਨੂੰ orange ਜਾਂ orange ਨੂੰ yellow ਵਿੱਚ ਕਨਵਰਟ ਕੀਤਾ ਜਾਏ ਇਹ orange ਤੋਂ yellow ਜਾਂ red ਤੋਂ orange ਜਿਹੜਾ ਇਹ ਕਨਵਰਟ ਹੋਣ ਦਾ ਸਿਲਸਲਾ ਤਕਰੀਬਨ ਇਸ ਅਪ੍ਰੈਲ ਦੇ ਐਂਡ ਤੱਕ ਜਾਏਗਾ ਉਮੀਦ ਹੈ ਅਪ੍ਰੈਲ ਤੋਂ ਬਾਅਦ ਯਾਨੀ ਕਿ ਇਹ ਹੋਣਗੇ ਸ਼ਕਤੀ ਥੋੜੀ ਕੱਟ ਕਰਨਗੇ ਉਮੀਦ ਹੈ ਜਿਹੜਾ ਕਿ ਨਵੋ ਦਿੱਕਰ ਤੋਂ ਸ sostenio ਇਸ ਆਰੇ ਇਹਦੇ ਵਿੱਚ ਵੀ ਕੁਝ ਸਾਥੀ ਸ਼ਾਇਦ ਕੱਟ ਕੀਤੀ ਜਾਏ। ਔਰ ਇਹਦੇ ਵਿੱਚ ਮਮਕਨ ਹੈ ਕਿ ਵੈਕਸੀਨੇਸ਼ਨ ਵਗੈਰਾ ਦਾ ਅਮਲ ਜਿਹੜਾ ਤੇਜ਼ ਕੀਤਾ ਜਾਏ ਜਾਂ ਫਿਰ ਇਹ ਆਉਬਲੀ ਕੋ ਕਰ ਦਿੱਤੀ ਜਾਏ ਸਭਾਂ ਲਈ ਕਰਾਣੀ। ਤੇ ਜੋ ਵੀ ਅਪਡੇਟ ਆਉਂਦੀ ਹੈ ਅੱਜ ਸ਼ਾਮ ਤੱਕ ਆ ਜੇਗੀ ਉਮੀਦ ਹੈ ਤੇ ਜਿਵੇਂ ਅਪਡੇਟ ਆਏਗੀ ਮੈਂ ਕੋਸ਼ਿਸ਼ ਕਰਾਂਗਾ ਵੱਤ ਤੋਂ ਵੱਤ ਜਲਦੀ ਤੁਹਾਨੂੰ ਸ਼ੇਅਰ ਕਰਨ ਦੀ। ਤੇ ਕੀ ਨਵੇਂ ਅਪਡੇਟ ਆਸਕਦੀ ਹੈ ਬੋਨਸ ਦੇ ਬਾਰੇ ਔਰ ਕੀ ਨਵੀਂ ਅਪਡੇਟ ਆਸਕਦੀ ਹੈ ਉਸ ਤੋਂ ਬਾਅਦ ਮੋਮਕਨੇ ਜਿਹੜੇ ਲੈਬਾਰਟਰੀ ਐਗਰੀਕਲ ਆ ਐਗਰੀਕਲਚਰਲ ਨੇ ਐਗਰੀਕਲਚਰ ਦਾ ਜਿਹੜਾ ਬੋਨਸ ਹੈਗਾ ਕਿਉਂਕਿ ਪਿਛਲੇ ਸਾਲ ਸਾਨੂੰ 500 ਜਾਂ 600 ਯੂਰੋ ਬੋਨਸ ਦਿੱਤਾ ਗਿਆ ਸੀ ਐਗਰੀਕਲਚਰ ਦੇ ਸੈਕਟਰ ਦੇ ਵਿੱਚ ਲੇਕਿਨ ਇਸ ਵਾਰੀ ਉਹ ਨਹੀਂ ਦਿੱਤਾ ਗਿਆ ਹੈ ਵੀ ਤਕਰੀਬਨ ਮਾਰਚ ਅਪ੍ਰੈਲ ਦੇ ਵਿੱਚ ਤੇ 6 600 ਕੀਆਂ ਲਵਾਕੀਆਂ ਨੇ 600 ਪਲੱਸ ਬਾਅਦ ਵਿੱਚ 500 ਮਿਲਿਆ ਉਹ ਜਿਹਨਾਂ ਦਾ ਲਿਮਟਿਡ ਟਾਈਪ ਦਾ ਕੰਟਰੈਕਟ ਸੀ ਇਸ ਵਾਰੀ ਨਹੀਂ ਮਿਲਿਆ ਇਹਦੇ ਕਰਕੇ ਕੇਸ ਚੱਲ ਰਿਹਾ ਪ੍ਰੋਪਰ ਅ ਅਦਾਲਤ ਦੇ ਵਿੱਚ ਤੇ ਜੇ ਉਸ ਕੇਸ ਦਾ ਕੋਈ ਪੋਜ਼ਿਟਿਵ ਰਿਜ਼ਲਟ ਆਉਂਦਾ ਕਿਉਂਕਿ ਜਿਹੜੇ ਬਾਕੀ ਲਿਮਟਿਡ ਵਰਕ ਨੇ ਉਹਨਾਂ ਦੇ ਵਿੱਚ ਬੋਨਸ ਮਿਲ ਰਹੇ ਨੇ ਲੇਕਿਨ ਜਿਹੜਾ ਇਹ ਸੈਕਟਰ ਐਗਰੀਕਲਚਰ ਦਾ ਇਸ ਸੈਕਟਰ ਦੇ ਵਿੱਚ ਬੋਨਸ ਨਹੀਂ ਮਿਲ ਰਿਹਾ ਇਹ ਅਦਾਲਤ ਵੀ ਕੇਸ ਲੱਗਾ ਹੋਇਆ ਹੈ ਕੇਸ ਚੱਲਦਾ ਹੈ ਕੋਈ ਰਿਜ਼ਲਟ ਆਉਂਦਾ ਹੈ ਤਾਂ ਉਹਦੇ ਵਿੱਚ ਪੋਸੀਬਲ ਹੈ ਕਿ ਕੋਈ ਬੋਨਸ ਜਿਵੇਂ ਦੂਜੇ ਸੈਕਟਰ ਟੂਰਿਜ਼ਮ ਜਾਂ ਦੂਸਰੇ ਸੈਕਟਰਸ ਵਗੈਰਾ ਜਿਹੜੇ ਨੇ ਮਰੀਤਿਮੋ ਜਾਂ ਫਿਰ ਸਪਤਾ ਕੋਲੋ ਉਹਨਾਂ ਨੂੰ ਦਿੱਤਾ ਜਾ ਰਹੇ ਨੇ ਬੋਨਸ ਸ਼ਾਇਦ ਇਹਨੂੰ ਵੀ ਕਿਸੇ ਕਿਸਮ ਦਾ ਬੋਨਸ ਦਿੱਤਾ ਜਾਏ ਲੇਕਿਨ ਇਹ ਟ੍ਰਿਬੂਨਲ ਦੇ ਵਿੱਚੋਂ ਫੈਸਲਾ ਹੋਣ ਤੋਂ ਬਾਅਦ ਤੇ ਗੱਲ ਕਰੀਏ ਜੀ ਅਸੀਂ ਜੇ ਰੈਂਟ ਦੀ ਅਮਰਜੈਂਸੀ ਆਦੀ ਰਹਤੋ ਇਹ ਅਮਰਜੈਂਸੀ ਰਿਕੁਇਜ਼ੀਟ ਲਈ ਮੈਂ ਕਾਫੀ ਵੀਡੀਓਜ਼ ਬਣਾਈਆਂ ਹੋਈਆਂ ਨੇ ਤੇ ਨਵੀਂ ਜਿਹੜੀ ਰਿਕੁਇਜ਼ੀਟ ਆਈ ਹੈ ਉਹ ਵੀ ਮੈਂ ਵੀਡੀਓਜ਼ ਬਣਾਈਆਂ ਹੋਈਆਂ ਨੇ ਮੈਂ ਤੁਹਾਡਾ ਮੁxtਜ਼ਾ ਜੇ ਸ਼ੇਅਰ ਕਰਨਾ ਚਾਹਾਂਗਾ ਡਿਸਕ੍ਰਿਪਸ਼ਨ ਦੇ ਵਿੱਚ ਇਸ ਵੈਬਸਾਈਟ ਦਾ ਲਿੰਕ ਦੇਵਾਂਗਾ ਜਿੱਦੇ ਵੀ ਤੁਸੀਂ ਜਾ ਕੇ ਦੇਖ ਸਕੋਗੇ ਜੇ ਤੁਸੀਂ ਆਪੇ ਦਮੰਦਾ ਕਰਨਾ ਹੈ ਤਾਂ ਤੁਸੀਂ ਇੱਥੇ ਕੌਮੇ ਫਰਲਾ ਦਮੰਦਾ ਆਨਲਾਈਨ ਰਿਵਰਸੋ ਸਰਵਿਸੋ ਦੇਡਿਕਾਟੋ ਐਸ ਦੇ ਸਰਵਿਸੋ ਦੇਡਿਕਾਟ ਨੂੰ ਕਲਿੱਕ ਕਰੋਗੇ ਸਾਮ ਪਰੇਸੇਂਦਾ ਉਥੇ ਲੈ ਜਾਏਗਾ ਉਸ ਪੇਜ ਤੇ ਹੁੰਦਾ ਹੈ ਜਿੱਥੇ ਤੁਸੀਂ ਜਾ ਕੇ ਦਮਾਂਦਾ ਕਰਨਾ ਹੈ ਠੀਕ ਹੈ ਆਪੇ ਕਰ ਸਕਦੇ ਹੋ ਦਮਾਂਦਾ ਤੁਸੀਂ ਜਾਂ ਫਿਰ ਤਰਾਮੀ ਤੇ ਸਰਵਿਸੋ ਆਫੇਰਤੀ ਦੇ ਕਫ ਉਹ ਪਤਰੋਨਾ ਤੋਂ ਕਫ ਪਤਰੋਨਾ ਤੋਂ ਤੁਸੀਂ ਇਨਤ੍ਰੋ 30 ਅਪ੍ਰੀਲੇ ਤੁਸੀਂ ਦਮਾਂਦਾ ਕਰਨਾ ਮੈਂ ਕੋਸ਼ਿਸ਼ ਕਰਾਂਗਾ ਜਿਵੇਂ ਅਪਡੇਟ ਆਉਂਦੀ ਹੈ ਮੈਂ ਕੋਸ਼ਿਸ਼ ਕਰਾਂਗਾ ਕਿ ਵੀਡੀਓ ਬਣਾ ਕੇ ਅਪਲੋਡ ਕਰਦੇ ਆ ਜੇ ਤੁਸੀਂ ਆਪੇ ਦਮਾਂਦਾ ਕਰੇ ਬੈਕ ਕਰਨਾ ਚਾਹੋ ਤਾਂ ਤੁਹਾਨੂੰ ਹੈਲਪ ਹੋ ਸਕੇ ਤੇ ਮੋਸਟ ਕੰਪਲੀਕੇਟ ਜਿਹੜੀ ਖਬਰ ਆ ਰਹੀ ਹੈ ਅੱਜ ਕੱਲ੍ਹ ਕਿ ਦਮਾਂਦਾ ਸੀ ਕਰਨਾ ਹੈ ਨਹੀਂ ਕਰਨਾ ਕਿਵੇਂ ਹੈ ਜਿਹੜੇ ਆਟੋਮੈਟਿਕ ਹੋਣਾ ਹੈ ਕਿ ਆਟੋਮੈਟਿਕ ਨਹੀਂ ਹੋਣਾ ਇਹਦੇ ਬਾਰੇ ਅਸੀਂ ਗੱਲ ਕਰਾਂਗੇ ਜਿਹੜੀ ਕਿ ਅਪਡੇਟ ਆਈ ਹੈ ਹੋਣ ਥੋੜੀ ਔਰ ਡਿਫਰੈਂਟ ਹੈ ਪੇਜ ਦੇ ਨਾਲੋਂ ਕਹਿੰਦੇ ਵਿਜ਼ੋ ਨਹੀਂ ਰਿਪਰੈਜ਼ੈਂਟ ਕਰੇ ਦਮਾਂਦਾ ਲਾਜ਼ਮੀ ਰਿਪਰੈਜ਼ੈਂਟ ਕਰਨਾ ਦਮਾਂਦਾ ਠੀਕ ਹੈ ਜੀ ਯਾਨੀ ਕਿ ਆਟੋਮੈਟਿਕਲ ਸਿਸਟਮ ਜਿਹੜਾ ਤੁਸੀਂ 220 ਵਿੱਚ ਲੰਦੇ ਰਹੇ ਹੋ ਡ੍ਰੈਮ ਦੇ ਰਹੀ ਦੀ ਐਮਰਜੈਂਸੀ ਦਾ ਦਮੰਦਾ ਜਿਵੇਂ ਕਿ ਮੈਂ ਪਿਛਲੀ ਵੀਡੀਓ ਵਿੱਚ ਵੀ ਦੱਸਿਆ ਕਿ ਕਿਉਂਕਿ ਅਪਡੇਟ ਇਹ ਹੀ ਸੀ ਮੈਂ ਹੀ ਦੱਸਣਾ ਸੀ ਜੂਨ ਜਿਹੜੀ ਹੁਣ ਨਵੀਂ ਅਪਡੇਟ ਆਈ ਹੈ ਉਹਦੇ ਅਕੋਰਡਿੰਗ ਕਹਿੰਦੇ ਨੇ ਬੇ ਬੀਜ਼ੋਨੀਆ ਰਿਪਰੈਜ਼ੈਂਟਾਰ ਦਾ ਦਮੰਦਾ ਦਮੰਦਾਦ ਲਾਜ਼ਮੀ ਰਿਪਰੈਜ਼ੈਂਡ ਕਰਨਾ ਹੈ ਇਨ ਫਾ ਤੀ ਕਿਕਟ ਵੀ ਇਹ ਨੋਨ ਪ੍ਰਵੀਸ ਤੇ ਅਲਾ ਨੋਰਮਾ ਨੋਂਸੂਨੋ ਆਟੋਮਾਟਿਕੋ ਮਾਤੀਸਮੋ ਯਾਨੀ ਕਿ ਕਾਨੂੰਨ ਦੇ ਵਿੱਚ ਕੋਈ ਵੀ ਆਟੋਮੈਟਿਕਲੀ ਅਪਲਾਈ ਨਹੀਂ ਕਰ ਸਕੇਗਾ ਕਿਉਂਕਿ ਕੁਝ ਬੰਦਿਆਂ ਦੇ 2020 ਦੇ ਮੁਕਾਬਲੇ 'ਚ ਹਾਲਾਤ ਮਮਕਨ ਹੈ ਠੀਕ ਹੋ ਗਏ ਨੇ ਕੁਝਾਂ ਦੇ ਹੋਰ ਜ਼ਿਆਦਾ ਖਰਾਬ ਹੋ ਗਏ ਨੇ ਇਸ ਕਰਕੇ ਇਹਨਾਂ ਨੇ ਕੀ ਕੀਤਾ ਨਵੀਂ ਸਿਰਫ ਵੈਰੀਫਿਕੇਸ਼ਨ ਕਰਨੀ ਅਸੀਂ ਸਿਰਫ ਦਮੰਦਾ ਕਰੋਗੇ ਤੁਸੀਂ ਜਿਹੜੇ ਪਹਿਲੇ ਨੇ ਜਿਨ੍ਹਾਂ ਨੇ ਆਲਰੇਡੀ ਦਮੰਦਾ ਕੀਤਾ ਹੋਇਆ 2020 ਦੇ ਵਿੱਚ ਪਰ ਕੋਲੋਰੇ ਕੇ ਅਵੰਗਨ ਜਆਪਰੇ ਚੀਪੀ ਦੇ ਰਾਮ ਰੈਮ ਨਲਾ 2020 ਜਿਨ੍ਹਾਂ ਨੇ 2020 ਦੇ ਵਿੱਚ ਦਮੰਦਾ ਕੀਤਾ ਹੋਇਆ ਸੀ ਨਾ ਉਹਨਾਂ ਨੂੰ ਵੀ ਦਮੰਦਾ ਨਵਾਂ ਕਰਨਾ ਪੈਣਾ ਇਸ ਵਾਰੀ ਕਿ ਪਤਾ ਲੱਗਿਆ ਲੱਗ ਸਕਿਆ ਕਿ ਕਿਹੜੇ ਪ੍ਰੋਪਰ ਹੱਕਦਾਰ ਬੰਦੇ ਨੇ ਜਿਨ੍ਹਾਂ ਨੂੰ ਦਮਾਂ ਦੇਦੇ ਪੈਸੇ ਮਿਲਣੇ ਚਾਹੀਦੇ ਨੇ ਜਾਂ ਫਿਰ ਨਹੀਂ ਮਿਲਣੇ ਚਾਹੀਦੇ ਬੇਸਿਕਲੀ ਇਹ ਪੈਸੇ ਤੁਹਾਨੂੰ ਬੈਂਕ ਅਕਾਊਂਟ ਦੇ ਵਿੱਚ ਆ ਸਕਦੇ ਨੇ ਜੇ ਤੁਸੀਂ ਇਬਨ ਵਗੈਰਾ ਦਿੱਤਾ ਹੋਵੇ ਜਾਂ ਫਿਰ ਤੁਹਾਨੂੰ ਪੋਸਟੇ ਦੇ ਵਿੱਚ ਆ ਸਕਦੇ ਨੇ ਔਰ ਜਾਂ ਫਿਰ ਤੁਹਾਨੂੰ ਚੈੱਕ ਵਗੈਰਾ ਵੀ ਆ ਸਕਦਾ ਠੀਕ ਹੈ ਚੈੱਕ ਆਵੇਗਾ ਤੁਸੀਂ ਪੋਸਟੇ ਜਾ ਕੇ ਉਹਨੂੰ ਕੈਸ਼ ਵਗੈਰਾ ਕਰਾ ਸਕਦੇ ਹੋ ਤੇ ਡਿਪੈਂਡ ਕਰਦਾ ਤੁਸੀਂ ਜੇਬਨ ਵਗੈਰਾ ਦੇ ਦਿਓ ਸਭ ਤੋਂ ਬੈਸਟ ਹੈ ਸਭ ਤੋਂ ਈਜ਼ੀ ਹੈ ਕਿ ਆਟੋਮੈਟਿਕਲੀ ਤੁਹਾਡੇ ਈਜ਼ੇ ਜਿਹੜਾ ਸੌਰੀ ਈਬਨ ਈਬਨ ਜਿਹੜਾ ਉਹਦੇ ਵਿੱਚ ਆਟੋਮੈਟ ਤੇ ਆਟੋਮੈਟਿਕਲੀ ਰੀਸੀਵ ਹੋ ਜਾਣਗੇ オンਲਾਈਨ ਤੁਸੀਂ ਚੈੱਕ ਕਰ ਸਕੋਗੇ ਵੀ ਤੁਹਾਡੇ ਪੈਸੇ ਕਦ ਆਉਣ ਨੇ ਕਿਵੇਂ ਆਉਣ ਨੇ ਫਿਲਹਾਲ ਮਸਲਾ ਇਹ ਕਿ ਦਮਾਂਦਾ ਕਰਨ ਦਾ ਦਮਾਂਦਾ ਆਟੋਮੈਟਿਕਲੀ ਨਹੀਂ ਹੋਣਾ ਜੀ ਜਿਨ੍ਹਾਂ ਨੇ ਪਹਿਲੇ ਕੀਤਾ ਹੋਇਆ ਸੀ ਉਹਨਾਂ ਹਾਲਾਤ ਮੁxtਲਫ ਨੇ ਪਹਿਲੇ ਨਾਲੋਂ ਤੇ ਇਸ ਕਰਕੇ ਦਮਾਂਦਾ ਤੁਹਾਨੂੰ ਕਰਨਾ ਪਾਣਾ ਹੈ ਵੀ ਪ੍ਰੇਪੇਅਰ ਤਿਆਰ ਰਭੋ ਦਮਾਂਦਾ ਕਰ ਲਈ ਤੇ ਜੇ ਈ ਨਵੀਂ ਅਪਡੇਟ ਆਉਂਦੀ ਹੈ ਦਿਖ ਰਿਹਾ ਤੋਂ ਸੁੱਸਤ ਨਹੀਂ ਉਹ ਬੀਜ ਦੇ ਬਾਰੇ ਉਹ ਵੀ ਮੈਂ ਕੋਸ਼ਿਸ਼ ਕਰਾਂਗਾ ਸ਼ੇਅਰ ਕਰਨ ਦੀ ਜੇ ਕੋਈ ਦੂ ਵੀ ਹੋ ਸਕੇ ਕੋਈ ਗੱਲ ਹੋਵਣ ਤਾਂ ਕਮੈਂਟ ਜ਼ਰੂਰ ਕਰੋ ਤੇ ਮਿਲਾਂਗੇ ਅਗਲੀ ਵੀਡੀਓ ਵਿੱਚ ਤਦ ਤੱਕ ਲਈ ਚਾਅਸ ਦਿਓ ਫੇ ਅਮਨ ਲਾ